ਸਾਰਿਆਂ ਦਾ ਨਾਂ ਲਿਆ, ਸਾਰਿਆਂ ਦਾ ਚਿੰਤਨ ਕਰਿਆ, ਮਹਾਂਪੁਰਖਾਂ ਦੀ ਯਾਦ ਦੇ ਨਾਲ, ਉਹਨਾਂ ਦੇ ਚਿੰਤਨ ਦੇ ਨਾਲ, ਧਿਆਨ ਦੇ ਨਾਲ, ਸਿਮਰਨ ਦੇ ਨਾਲ, ਪ੍ਰਾਣੀਆਂ ਦੀ ਲੋਕ ਪ੍ਰਲੋਕ ਦੀ ਰੱਖਿਆ ਹੁੰਦੀ, ਲੋਕ ਪ੍ਰਲੋਕ ਦੇ ਜਿਹੜੇ ਆਉਣੇ ਵਾਲੇ ਵਿਘਨ ਬਾਧਾ ਦੂਰ ਹੁੰਦੇ। ਇਸ ਕਰਕੇ 2 ਮਿੰਟ ਦੇ ਪਾਠ ਦੇ ਨਾਲ ਮਾਘਾ ਸ਼੍ਰੀ ਜੀ ਦੇ ਆਦਿ ਦੇ ਲੈ ਕੇ ਅੰਤ ਤੱਕ ਹੋਣੇ ਵਾਲੇ ਜਿਤਨੇ ਰਿਸ਼ੀ ਮੁਨੀ ਪੀਰ ਪੈਗੰਬਰ ਅਵਤਾਰ, ਉਹਨਾਂ ਦੀ ਕਿਰਪਾ ਦ੍ਰਿਸ਼ਟੀ, ਉਹਨਾਂ ਦੀ ਦਿਆ ਦ੍ਰਿਸ਼ਟੀ ਦੇ ਵਾਸਤੇ ਤਾਂ ਕਿ ਜਿਤਨੇ ਅਸੀਂ ਜਾਣੀ ਹੈ, ਸਾਡੀ ਲੋਕ ਦੀ ਰੱਖਿਆ ਹੋਵੇ, ਪ੍ਰਲੋਕ ਦੀ ਰੱਖਿਆ ਹੋਵੇ। ਇਹ ਸਤਿਗੁਰੂ ਦੇਵ ਜੀ ਮਹਾਰਾਜ ਜਿਹਨਾਂ ਪਾਠੀਆਂ ਨੇ ਪਾਠ ਕਰਿਆ, ਉਹਨਾਂ ਤੇ ਵੀ ਕਿਰਪਾ ਦ੍ਰਿਸ਼ਟੀ ਰੱਖਿਓ, ਜੋ ਨਵੇਂ ਸਿਰੇ ਪਾਠੀ ਪਾਠ ਕਰਨ ਲੱਗੇ ਫਿਰ ਦੁਬਾਰਾ ਫਿਰ ਦਿਆ ਦ੍ਰਿਸ਼ਟੀ ਕਿਰਪਾ ਦ੍ਰਿਸ਼ਟੀ ਰੱਖਿਓ, ਸੇਵਾਦਾਰਾਂ ਤੇ ਵੀ ਦਿਆ ਦ੍ਰਿਸ਼ਟੀ ਰੱਖਿਓ, ਸੇਵਾ ਕਰਨੇ ਵਾਲਿਆਂ ਨੂੰ ਪੂਰਾ ਫਲ ਮਿਲੇ, ਹਰ ਪਾਠ ਕਰਨੇ ਵਾਲਿਆਂ ਨੂੰ ਪੂਰਾ ਫਲ ਮਿਲੇ। ਇਸ ਕਰਕੇ ਸਤਿਗੁਰੂ ਦੇਵ ਜੀ ਨੂੰ ਯਾਦ ਕਰੀਏ ਤਾਂ ਕਿ ਨਿਰਵਿਘਨ ਸੰਪੂਰਨਤਾ ਹੋਵੇ। ਮੈਂ ਕਿਹਾ ਕਿ ਨਿਰਵਿਘਨ ਸੰਪੂਰਨਤਾ ਦੇ ਵਾਸਤੇ ਇੱਕ ਮੰਗਲਾਚਰਨ ਦਾ ਪਾਠ ਕਰਾਂਗੇ ਪ੍ਰਾਰਥਨਾ ਦੇ ਰੂਪ ਵਿੱਚ, ਉਹਦੇ ਬਾਅਦ ਵਿੱਚ ਜਪ ਜਾਗ ਨਾਲ ਪ੍ਰਾਰੰਭ ਹੋ ਜਾਣਾ। ਜਿਹੜੇ ਪਾਠੀ ਹੁਣ ਬੈਠੇ ਆ, ਇਹਨਾਂ ਨੇ 12 ਵਜੇ ਤੱਕ ਬੈਠਣਾ, ਫਿਰ ਉਸੇ ਤਰ੍ਹਾਂ ਰੌਲਾ ਚੱਲਦੀਆਂ ਰਹਿਣੀਆਂ 48 ਘੰਟੇ ਦੇ ਵਾਸਤੇ। ਪ੍ਰਾਰਥਨਾ ਕਰੀਏ, ਪ੍ਰਾਰਥਨਾ ਦੇ ਰੂਪ ਵਿੱਚ ਮੈਂ ਇੱਕ ਮੰਗਲਾਚਰਨ ਦਾ ਪਾਠ ਕਰਨਾ। ਬੋਲੋ ਸਤਿਗੁਰੂ ਦੇਵ ਕੀ ਜੈ, ਬੰਦੀ ਛੋਟ ਮਹਾਰਾਜ ਸਰਬ ਸੰਤੋ ਕੀ ਜੈ, ਸਨਾਤਨ ਧਰਮ ਕੀ ਜੈ, ਨਗਰ ਖੇੜੇ ਕੀ ਜੈ, ਉਮਾਪਤੀ ਮਹਾਦੇਵ ਕੀ ਜੈ, ਪਵਨ ਸੁਤ ਹਨੁਮਾਨ ਕੀ ਜੈ, ਸ੍ਰੀ ਰਾਧਾ ਕ੍ਰਿਸ਼ਨ ਭਗਵਾਨ ਕੀ ਜੈ, ਦੁਰਗੇ ਮਾਤਾ ਕੀ ਜੈ, ਸਿਆਪਤੀ ਰਾਮ ਚੰਦਰ ਮਹਾਰਾਜ ਕੀ ਜੈ, ਸਤਿਗੁਰੂ ਗੁਰੀ ਵਾਲੇ ਮਹਾਰਾਜ ਕੀ ਜੈ, ਸਤਿਗੁਰੂ ਗੁਰੀ ਵਾਲੇ ਮਹਾਰਾਜ ਕੀ ਜੈ, ਹਰਿਓ।